ਹੈਲੋ ਫਰੈਂਡਸ ਆਪ ਵੀ ਤਾਂ ਮੇਰੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜਦੋਂ ਤੁਹਾਡਾ ਮਾਸਟਰ ਕੈਡਰ ਦਾ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਜਿਹੜੇ ਬੱਚੇ ਸਿਲੈਕਟਡ ਹੋਣੇ ਨੇ ਉਹਨਾਂ ਦੀ ਸਕਿਉਰਿਟੀ ਹੋਣੀ ਹੈ ਮੀਨ ਟੂ ਸੇ ਕਿ ਉਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਉਹਦੇ ਲਈ ਕਿਹੜੇ ਕਿਹੜੇ ਡਾਕੂਮੈਂਟਸ ਉਹਨਾਂ ਨੂੰ ਚਾਹੀਦੇ ਆ ਉਹ ਮੈਂ ਸਾਰੇ ਜਿਹੜੇ ਡਾਕੂਮੈਂਟਸ ਦੀ ਲਿਸਟ ਹੈ ਪਲੱਸ ਉਹਨਾਂ ਦੀ ਵੈਲਿਡਿਟੀ ਬਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਾਂਗਾ ਕਿ ਤੁਹਾਡਾ ਜਿਹੜਾ ਡਾਕੂਮੈਂਟ ਹੈ ਕਿ ਉੱਤੇ ਕਿੱਥੇ ਵੈਲਿਡ ਹੋਣਾ ਚਾਹੀਦਾ ਸੋ ਇਹ ਫਿਲਹ ਸਭ ਤੋਂ ਪਹਿਲਾ ਪੁਆਇੰਟ ਜੋ ਮੈਂ ਦੇ ਵਿੱਚ ਸ਼ੋ ਨਹੀਂ ਕੀਤਾ ਤੁਹਾਡਾ ਚਲਾਨ ਜਿਹੜਾ ਤੁਸੀਂ ਆਪਣਾ ਟੈਸਟ ਫਿਲ ਕੀਤਾ ਸੀ ਜਦੋਂ ਤੁਸੀਂ ਫੀ ਫੇ ਕੀਤੀ ਸੀ ਤੁਹਾਡੇ ਕੋਲ ਇੱਕ ਚਲਾਨ ਕਾਪੀ ਹੋਣੀ ਹੈ ਉਹ ਚਲਾਨ ਕਾਪੀ ਆਪਣੇ ਆਪ ਕੋ ਠੀਕ ਹੈ ਜੀ ਮਿਲ ਕੇ ਰੱਖੋ ਕਿੱਥੇ ਤੁਸੀਂ ਉਹ ਰੱਖੀ ਹੋਈ ਹੈ ਕਾਫੀ ਕੈਂਡੀਡੇਟਸ ਐ ਕਮੈਂਟ ਆ ਰਿਹਾ ਹੈ ਕਿ ਸਰ ਸਾਡੇ ਕੋਲ ਸਕਿਪ ਹੋ ਗਿਆ ਸਭ ਤੋਂ ਪਹਿਲੇ ਮਿਲੋ ਅਗਰ ਨਹੀਂ ਹੈ ਤਾਂ ਕਾਫੀ ਪ੍ਰੋਬਲਮ ਆ ਸਕਦੀ ਹੈ ਉਸ ਤੋਂ ਬਾਅਦ ਸਕਿਉਰਿਟੀ ਫਾਰਮ ਦੀਆਂ ਕਾਪੀਆਂ ਵੈਬਸਾਈਟ ਤੋਂ ਡਾਊਨਲੋਡ ਕਰੋ ਜਲਦੀ ਹੀ ਇਹਨਾਂ ਦੀਆਂ ਕਾਪੀਆਂ ਫਾਰਮ ਦੀਆਂ ਇਹ ਵੈਬਸਾਈਟ ਤੇ ਅਪਡੇਟ ਹੋ ਜਾਣੀ ਹੈ ਉਸ ਤੋਂ ਬਾਅਦ ਜਨਮ ਮਿਤੀ ਦਾ ਸਰਟੀਫਿਕੇਟ ਵੀ ਚੱਲੇਗਾ ਅਦਰਵਾਈਜ਼ ਤੁਹਾਡੇ ਦਸਵੀਂ ਦੇ ਸਰਟੀਫਿਕੇਟ ਤੇ ਡੇਟ ਆਫ ਬਰਥ ਹੁੰਦੀ ਹੈ ਚੱਲੇਗੀ ਪੰਜਾਬੀ ਪਾਸ ਦਾ ਸਪੂਟ ਠੀਕ ਹੈ ਜੀ ਜਿਹੜੇ ਅਦਰ ਸਟੇਟ ਦੇ ਕੈਂਡੀਡੇਟਸ ਨੂੰ ਐਡੀਸ਼ਨਲ ਸਬਜੈਕਟ ਹੁੰਦਾ ਜਿੱਦਾਂ ਉਹਨਾਂ ਕੋਈ ਪ੍ਰੂਫ ਹੋਣਾ ਚਾਹੀਦਾ ਜਿਹੜੇ ਪੰਜਾਬ ਦਾ ਹੈ ਉਹਨਾਂ ਤਾਂ ਫਿਲਹਾਲ 올ਓਵਰ ਪੰਜਾਬੀ ਪਾਸ ਹੁੰਦੀ ਹੁੰਦੀ ਹੈ 10th ਲੈਵਲ ਤੱਕ ਨਾਓ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਨ ਲੱਗਾ ਉਹ ਕੀ ਹੈ ਜੀ ਅਗਰ ਤੁਹਾਡੇ ਕੋਈ ਵੀ ਡਾਕੂਮੈਂਟ ਵਿੱਚ ਕੋਈ ਵੀ करेक्शन ਕਰਨ ਵਾਲੀ ਆ ਜਲਦੀ ਜਲਦੀ ਕਰਵਾ ਲਓ process ਬਹੁਤ ਫਾਸਟ ਹੈ ਸੈਕਿੰਡ thing ਜੋ ਤੁਸੀਂ ਡਿਟੇਲ ਆਪਣੇ ਇਟਰੀਅਰ ਤੋਂ ਫਾਰਮ ਫਿਲ ਕੀਤਾ ਉਸ ਦੇ ਵਿੱਚ ਫਿਲ ਕੀਤੀ ਸੀ ਸੇਮ ਡਿਟੇਲ ਉਹ ਤੁਹਾਡੇ ਡਾਕੂਮੈਂਟਸ ਨਾਲ ਮੈਚ ਹੋਣੀ ਚਾਹੀਦੀ ਹੈ ਅਗਰ ਕੋਈ ਕਾਰੇਕਸ਼ਨ ਹੈ ਫਾਰਮ ਦੇ ਵਿੱਚ ਜਲਦੀ ਤੋਂ ਜਲਦੀ ਤੁਸੀਂ ਬੋਰਡ ਜਾ ਕੇ ਆਪਣੀ ਕਾਰੇਕਸ਼ਨ ਵੈਰਾ ਕਰਾ ਲਓ ਅਦਰਵਾਈਜ਼ ਤੁਹਾਨੂੰ ਪਤਾ ਬਾਅਦ ਵਿੱਚ ਬਹੁਤ ਪ੍ਰੋਬਲਮ ਹੋਣੀ ਹੈ ਸਦਾ ਰਿਜੈਕਸ਼ਨ ਨਹੀਂ ਹੋਣੀ ਹੈ ਜੀ ਨਾਓ 10 2 ਦੀ DMC ਅਤੇ ਸਰਟੀਫਿਕੇਟ 10ਵੀਂ ਅਤੇ 12ਵੀਂ ਦੋਨਾਂ ਦਾ ਚਾਹੀਦਾ ਉਸ ਤੋਂ ਬਾਅਦ ETT ਕੁਝ ਬੱਚਿਆਂ ਦੇ ਕਮੈਂਟਸ ਆ ਰਹੇ ਸੀ ਕਿ ਸਰ ਸਾਡੀ ETT ਦੇ ਦਾ ਐਗਜ਼ਾਮ ਹੈ ਜਿਹੜੇ ਹੁਣੇ ਹੈ ਰਿਜ਼ਲਟ ਅਨਾਉਂਸ ਨਹੀਂ ਹੋਇਆ ਸੋ ਦੇਖੋ ਜੀ ਤੁਹਾਡਾ ਜਿਹੜਾ ETT ਕੁਆਲੀਫਾਈ ਹੋਣਾ ਚਾਹੀਦੀ ਹੈ ਕੋਰਸ ਕੁਆਲੀਫਾਈ ਹੋਣਾ ਚਾਹੀਦਾ ਹੈ ਤੁਹਾਡੇ ਜੋ ਵੀ ਅਪਲਾਈ ਡੇਟ ਤੋਂ ਪਹਿਲੇ ਪਹਿਲੇ ਅਗਰ ਬਾਅਦ ਵਿੱਚ ਤੁਹਾਡਾ ਰਿਜ਼ਲਟ ਅਨਾਉਂਸ ਹੁੰਦਾ ਹੈ ਤਾਂ ਯੂ ਆਰ ਨਾਟ ਐਲੀਜੀਬਲ ਨੈਕਸਟ ਛੇਮਾ ਪੁਆਇੰਟ ਇੱਥੇ ਹੈ ਕੈਟਾਗਰੀ ਸੰਬੰਧੀ ਸਰਟੀਫਿਕੇਟ ਅਤੇ ਪੰਜਾਬ ਦੇ ਵਸਨੀਕ ਹੋਣ ਦਾ ਸਬੂਤ ਮੀਨ ਟੂ ਸੇ ਪੰਜਾਬ ਡੋਮਿਸਾਈਲ ਦਾ ਸਰਟੀਫਿਕੇਟ ਇਹਦੀ 3 ਸਾਲ ਦੀ ਵੈਲਿਡਿਟੀ ਹੁੰਦੀ ਹੈ ਠੀਕ ਹੈ ਜੀ 2018 19 2018 ਦਾ ਬਣਿਆ ਹੋਇਆ दैट्स ਵੈਰੀ ਗੁੱਡ ਅਗਰ ਨਹੀਂ ਹੈ ਤਾਂ ਉਹਨੂੰ ਨਮਾ ਬਣਾ ਲਓ ਇਦਾਂ ਹੀ ਤੁਸੀਂ ਆਪਣੇ ਅਦਰ ਸਰਟੀਫਿਕੇਟਸ ਵੈਰਾ ਬਣਾਣੇ ਦਾ ਐਸਸੀ ਵਾਲੇ ਐਸਸੀ ਦਾ ਬਣਾਉਣ ਲਨ ਬੀਸੀ ਵਾਲੇ ਬੀਸੀ ਦਾ ਠੀਕ ਹੈ ਜਿਹੜੇ ਓਬੀਸੀ ਅਤੇ ਬੀਸੀ ਹੁੰਦੀ ਲੇਅਰਸ ਹੁੰਦੀ ਇਹਨਾਂ ਦੀ ਕੁਝ ਕਰੀਮੀ ਲੇਅਰਸ ਵੈਰਾ ਹੁੰਦੀਆਂ ਜਦੋਂ ਤੁਸੀਂ ਜਾਣੇ ਆ ਕਚੇਰੀਆਂ ਵੈਰਾ ਜਾਂ ਜਿੱਥੇ ਵੀ ਸੁਵਿਧਾ ਸੈਂਟਰ ਵੈਰਾ ਬਣਾਉਣ ਸਰਟੀਫਿਕੇਟ ਉਹਨਾਂ ਨਾਲ ਗੱਲ ਕਰ ਲਿਓ ਠੀਕ ਹੈ ਜੀ ਜਾਂ ਆਪਣੇ ਜਿਹੜੇ ਸੀਨੀਅਰਸ ਵੈਰਾ ਹੈਗੇ ਤੁਹਾਡੇ ਨੋਨ ਵਿੱਚ ਹੈਗੇ ਉਹਨਾਂ ਨਾਲ ਗੱਲ ਕਰ ਲਿਓ ਕਰੀਮੀ ਅਤੇ ਨੋਨ ਕਰੀਮੀ ਲੇਅਰ ਦੀ ਲਾਸਟ ਵਿੱਚ ਸਭ ਤੋਂ ਇੰਪੋਰਟੈਂਟ ਪੁਆਇੰਟ ਇਹ ਖੋਰ ਹੈ ਜੀ ਆਮਦਨ ਸਰਟੀਫਿਕੇਟ ਆਮਦਨ ਸੰਬੰਧੀ ਸਵੈ ਘੋਸ਼ਣਾ ਪੱਤਰ ਠੀਕ ਹੈ ਜੀ ਜਿਹੜੇ ਉਮੀਦਵਾਰ ਨੇ ਪਿਛਲੀ ਸ਼੍ਰੇਣੀ ਦੀ ਕੈਟਾਗਰੀ ਵਿੱਚ ਅਪਲਾਈ ਕੀਤਾ ਹੈ ਠੀਕ ਹੈ ਜੀ ਇੱਥੇ ਫਾਦਰ ਸਾਹਿਬ ਦਾ ਜੋ ਇਨਕਮ ਸਰਟੀਫਿਕੇਟ ਵੈਸੇ ਲੱਗਦਾ ਹੈ ਜੇ ਤਾਂ ਤੁਸੀਂ ਦਿਖਿਆ ਹੋਣਾ ਵਜੀਫੇ ਵੈਰਾ ਲਈ ਜਦੋਂ ਤੁਸੀਂ ਅਪਲਾਈ ਕਰਦੇ ਹੋ ਸਕੂਲ ਦੇ ਬੱਚੇ ਹੁੰਦੇ ਆ ਵੀ ਆਪਣਾ ਇਨਕਮ ਸਰਟੀਫਿਕੇਟ ਸ਼ੋਅ ਕਰਦੇ ਆ ਬੈਂਕ ਜੋ ਸਟੇਟਮੈਂਟ ਮਿਲ ਜਾਂਦੀ ਹੈ ਬਾਕੀ ਨਾਲ ਦੱਸਿਆ ਹੈ ਸਵੈ ਘੋਸ਼ਣਾ ਪੱਤਰ ਫਿਲਹਾਲ ਇਹ ਸਾਰੇ ਜਿੰਨੇ ਵੀ ਅਦਰ ਪੁਆਇੰਟਸ ਹੈ ਪਿਛਲੇ ਸਾਲ ਦਾ ਮੈਂ ਤੁਹਾਡੇ ਕੋ ਬਾਕੀ ਜਿਹੜੇ ਸਕਿਉਰਿਟੀ ਫਾਰਮ ਦੀਆਂ ਜਿੰਨੀਆਂ ਵੀ ਅਦਰ ਗਾਈਡਲਾਈਨਸ ਵੈਰਾ ਡਾਕੂਮੈਂਟਸ ਵੈਰਾ ਫॉर ਵੈਰੀਫਿਕੇਸ਼ਨ ਜਿਹੜੇ ਯੂਜ਼ ਹੋਨੇ ਆ ਉਹ ਜਲਦੀ ਹੀ ਇਹਨਾਂ ਨੇ ਰਿਜ਼ਲਟ ਤੋਂ ਬਾਅਦ ਵੈਬਸਾਈਟ ਤੇ ਅਪਡੇਟ ਕਰ ਦੇਣਗੇ ਰਿਜ਼ਲਟ ਮੇਰੇ ਅਕੋਰਡਿੰਗ ਤੁਹਾਡਾ 10 ਦਸੰਬਰ ਤੋਂ ਪਹਿਲੇ ਪਹਿਲੇ ਆ ਜਾਣਾ ਹੈ ਜੀ ਬਾਕੀ ਇਸੇ ਸਾਲ ਮਿੰਟੂ ਸੇ ਦਸੰਬਰ ਦੇ ਐਂਡ ਤੱਕ ਜਾਂ ਜਨਵਰੀ ਦੇ ਸਟਾਰਟ ਤੱਕ ਤੁਹਾਡੀ ਪੂਰੀ ਇਹਨਾਂ ਨੇ ਜਿਹੜੀ ਪ੍ਰੋਸੈਸ ਹੈ ਕੰਪਲੀਟ ਕਰ ਦੇਣੀ ਹੈ ਟੀਟੀ ਦੀ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਾਊਟ ਹੁੰਦਾ ਹੈ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰੋ ਕਾਫੀ ਜ਼ਿਆਦਾ ਸਟੂਡੈਂਟ ਦਾ ਹੋ ਤੁਹਾਡਾ ਪਾ ਗ੍ਰੈਜੂਏਸ਼ਨ ਵੀ ਕੀਤੀ ਹੋਈ ਹੈ ਲੇਕਿਨ ਗ੍ਰੈਜੂਏਸ਼ਨ ਦਾ ਰਿਜ਼ਲਟ ਹੈ ਜਿਹੜਾ ਸਾਡਾ ਹਲੇ ਤੱਕ ਨਹੀਂ ਆਇਆ ਦੇਖੋ ਜੀ ਤੁਹਾਡਾ ਤੁਹਾਡਾ ਗ੍ਰੈਜੂਏਸ਼ਨ ਦਾ ਰਿਜ਼ਲਟ ਵੀ ਹੈ ਉਹ ਵੀ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਤੁਹਾਡਾ ਅਪਲਾਈ ਡੇਟ ਤੋਂ ਪਹਿਲੇ ਦਾ ਹੋਣਾ ਚਾਹੀਦਾ ਅਗਰ ਬਾਅਦ ਵਿੱਚ ਹੈ ਤੁਹਾਡੇ ਗ੍ਰੈਜੂਏਸ਼ਨ ਦੇ 5 ਮਾਰਕਸ ਐਡ ਹੁੰਦੇ ਆ 3 ਮਾਰਕਸ ਐਡ ਹੁੰਦੇ ਆ 2 ਮਾਰਕਸ ਹੁੰਦੇ ਆ ਅਕੋਰਡਿੰਗ ਟੂ ਪੋਜੀਸ਼ਨ ਉਹ ਤੁਹਾਡੇ ਨਹੀਂ ਐਡ ਹੋਣਗੇ ਸੋ ਇਹ ਕਾਫੀ ਜ਼ਿਆਦਾ ਯੂਸਫੁਲ ਪੁਆਇੰਟਸ ਆ ਜੋ ਮੈਂ ਤੁਹਾਨੂੰ ਸ਼ੇਅਰ ਕੀਤੇ ਆ ਸਪੈਸ਼ਲੀ ਚਲਾਨ ਵਾਲਾ ਠੀਕ ਆ ਜੀ ਚਲਾਨ ਆਪਣਾ ਜਲਦੀ ਜਲਦੀ ਮ ਅਦਰਵਾਈਜ਼ ਪ੍ਰੋਬਲਮ ਹੋ ਸਕਦੀ ਹੈ ਕਾਫੀ ਜ਼ਿਆਦਾ ਕੈਂਡੀਡੇਟਸ ਨੇ ਚੀਜ਼ਾਂ ਸੰਭਾਲ ਕੇ ਨਹੀਂ ਰੱਖੀਆਂ ਹੋਈਆਂ। ਸੋ ਫਰੈਂਡਸ ਇਹ ਚੀਜ਼ਾਂ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਤੁਹਾਨੂੰ ਪਤਾ ਹੈ ਪੰਜਾਬ ਹੈ। ਉਹ ਵੀ ਗਵਰਨਮੈਂਟ ਜੌਬਸ ਤਾਂ ਤੁਹਾਨੂੰ ਪਤਾ ਇੱਕ ਸੂਈ ਜਿੰਨੀ ਚੀਜ਼ ਨੂੰ ਵੀ ਚੈੱਕ ਕਰਦੇ ਹਾਂ ਵੀ ਕਿੱਦਾਂ ਹੋ ਗਿਆ ਕਿੱਥੋਂ ਹੋ ਗਿਆ। ਸਾਰੀਆਂ ਚੀਜ਼ਾਂ ਚੈੱਕ ਕਰਦੇ ਆ ਤੇ ਪੰਗਾ ਬਹੁਤ ਪਾਉਂਦੇ ਆ। ਤੇ ਮੇਰਾ ਪਰਸਨਲ ਐਕਸਪੀਰੀਅੰਸ ਹੈ। ਕੋਈ ਅੱਛਾ ਬੰਦਾ ਤੁਹਾਨੂੰ ਮਿਲ ਜਾ ਡੈਟਸ ਵੈਰੀ ਗੁੱਡ। ਅਦਰਵਾਈਜ਼ ਤੁਹਾਨੂੰ ਪਤਾ ਹੈ ਪੋਸਟਾਂ ਕਿੰਨੀਆਂ ਕਹਿ ਕੀ ਕੀ ਹੋਣਾ ਹੈ ਸਾਰਾ ਕੁਝ ਪਤਾ। ਤੁਸੀਂ ਸਾਰੇ ਸਮਝਦਾਰ ਹੋ। ਠੀਕ ਹੈ ਜੀ ਬਾਕੀ ਕੋ मेरिट ਵੈਰਾ ਕੱਟਆਫ ਕਿੰਨੀ ਆਣੀ ਹੈ ਕਿੰਨੀ ਜਾ ਸਕਦੀ ਸਾਰੀ ਵੀਡੀਓਜ਼ ਮੈਂ ਪਹਿਲੇ ਅਪਲੋਡ ਕੀਤੀਆਂ ਹਨ ਕਰੈਕਸ਼ਨ ਵੈਰਾ ਕਿੱਦਾਂ ਕਰਾਉਣੀ ਹੈ ਡਾਕੂਮੈਂਟਸ ਇਹ ਵੀ ਵੀਡੀਓ ਮੈਂ ਅਪਲੋਡ ਕੀਤੀਆਂ ਹਨ ਜ਼ਰੂਰ ਦੇਖੋ ਵੀਡੀਓਜ਼ ਨੂੰ ਅਤੇ ਕਰੈਕਸ਼ਨ ਵੈਰਾ ਕਿ ਹੋਣੇ ਵਾਲੀ ਹੈਗੀ ਹੈ ਤੁਹਾਡੇ ਡਾਕੂਮੈਂਟਸ ਵੀ ਲਾਈਕ ਦਸਵੀਂ ਦੇ 12ਵੀਂ ਦੇ ਗ੍ਰੈਜੂਏਸ਼ਨ ਦੇ ਜਲਦੀ ਤੋਂ ਜਲਦੀ ਕਰਵਾ ਲਓ ਸਟੈਪ ਪਲੱਸ ਪ੍ਰੋਸੈਸ ਬਹੁਤ ਫਾਸਟ ਹੋਣੀ ਹੈ ਫਰੈਂਡਸ ਸੋ ਵੀਡੀਓ ਚੰਗੀ ਲੱਗੀ ਹੋਏ ਤਾਂ ਫਰੈਂਡਸ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਲੱਸ ਲਾਈਕ ਕਰਨਾ ਪਲੱਸ ਨੀੜੀ ਫਰੈਂਡਸ ਨਾਲ ਸ਼ੇਅਰ ਕਰਨਾ ਸੋ ਪੁਆਇੰਟ ਜੋ ਮੈਂ ਤੁਹਾਨੂੰ ਸ਼ੇਅਰ ਕੀਤੇ ਹਨ ਸੋ ਥੈਂਕ ਯੂ ਫਰੈਂਡਸ ਫॉर ਵਾਚਿੰਗ ਥਿਸ ਵੀਡੀਓ ਐਂਡ ਫॉर ਯੋਰ ਵੈਲੇਬਲ ਟਾਈਮ